ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਰਦਾਰ ਗੁਰਦਿਆਲ ਸਿੰਘ ਬਾਰੇ ਵਿਸਤਾਰ ਸਹਿਤ ਪੜਾਂਗੇ ਸਰਦਾਰ ਗੁਰਦਿਆਲ ਸਿੰਘ ਪੰਜਾਬੀ ਦੀ ਤੀਜੀ ਪੀੜ੍ਹੀ ਦਾ ਨਾਵਲਕਾਰ ਹੈ ਜਨਮ ਹੋਇਆ ਇਹਨਾਂ ਦਾ ਦੇਖੋ 10 ਜਨਵਰੀ 1933 ਨੂੰ ਤੇ ਮੌਤ ਹੋਈ 16 ਅਗਸਤ 2016 ਦੇ ਵਿੱਚ ਮਾਤਾ ਪਿਤਾ ਦਾ ਨਾਮ ਦੇਖੋ ਨਿਹਾਲ ਕੌਰ ਮਾਤਾ ਦਾ ਨਾਮ ਤੇ ਜਗਤ ਸਿੰਘ ਪਿਤਾ ਦਾ ਨਾਮ ਪੇਸ਼ਾ ਸੀਗਾ ਇਹਨਾਂ ਦਾ ਨਾਵਲਕਾਰ ਤੇ ਕਹਾਣੀਕਾਰ ਪ੍ਰਸਿੱਧੀ ਮਿਲੀ ਇਹਨਾਂ ਨੂੰ ਦੇਖੋ ਜਿਹੜੀਆਂ-ਜਿਹੜੀਆਂ ਰਚਨਾਵਾਂ ਕਰਕੇ ਮੜੀ ਦਾ ਦੀਵਾ ਕਰਕੇ ਤੇ ਅੰਨੇ ਘੋੜੇ ਦਾ ਦਾਨ ਕਿਉਂਕਿ ਫਿਲਮ ਬਣੀ ਵੀ ਹੈ ਇਹਨਾਂ ਦੋਨਾਂ ਦੇ ਉੱਤੇ ਮੜੀ ਦਾ ਦੀਵਾ ਤੇ ਵੀ ਤੇ ਅੰਨੇ ਘੋੜੇ ਦਾ ਦਾਨ ਤੇ ਵੀ ਸਾਇਤਿਕ ਸਫਰ ਇਹਨਾਂ ਦਾ ਦੇਖੋ 1957 ਵਿੱਚ ਕਹਾਣੀਕਾਰ ਵਜੋਂ ਇਹਨਾਂ ਨੇ ਸ਼ੁਰੂ ਕੀਤਾ ਪਹਿਲਾ ਨਾਵਲ ਲਿਖਿਆ ਮੜੀ ਦਾ ਦੀਵਾ 1964 ਦੇ ਵਿੱਚ ਜਿਹੜਾ ਪ੍ਰਕਾਸ਼ਿਤ ਹੋਇਆ ਉਨ੍ਹਾਂ ਦੀਆਂ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਤੇ ਭਾਰਤੀ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ ਤੇ ਇਸ ਸਾਹਿਤਿਕ ਯੋਗਦਾਨ ਬਦਲੇ ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਿਕ ਅਵਾਰਡ ਜਿਹੜਾ ਗਿਆਨਪੀਠ ਅਵਾਰਡ ਹੈ ਜਿਹੜਾ ਉਹ ਹਾਸਲ ਹੋਣ ਦਾ ਮਾਣ ਹੈ। ਸਨਮਾਨ ਮਿਲੇ ਜਿਹੜੇ-ਜਿਹੜੇ ਉਹਨਾਂ ਨੂੰ ਦੇਖੋ 1998 ਵਿੱਚ ਭਾਰਤੀ ਰਾਸ਼ਟਰਪਤੀ ਵੱਲੋਂ ਪਦਮਸ਼੍ਰੀ ਅਵਾਰਡ ਮਿਲਿਆ। 1999 ਵਿੱਚ ਗਿਆਨਪੀਠ ਅਵਾਰਡ ਮਿਲਿਆ। ਭਾਰਤੀ ਸਾਹਿਤ ਅਕਾਦਮੀ ਅਵਾਰਡ ਅਧ ਚਾਨਣੀ ਰਾਤ ਇਹਨਾਂ ਦੀ ਰਚਨਾ ਹੈ ਅਧ ਚਾਨਣੀ ਰਾਤ ਉਹਦੇ ਤੇ ਮਿਲਿਆ ਭਾਰਤੀ ਸਾਹਿਤ ਅਕਾਦਮੀ ਅਵਾਰਡ ਨਾਨਕ ਸਿੰਘ ਨਾਵਲਿਸਟ ਅਵਾਰਡ 1975 ਦੇ ਵਿੱਚ ਮਿਲਿਆ ਸੋਵੀਅਤ ਨਹਿਰੂ ਅਵਾਰਡ ਮਿਲਿਆ 1986 ਦੇ ਵਿੱਚ ਨਾਵਲਕਾਰ ਸਰਦਾਰ ਗੁਰदयाल ਸਿੰਘ ਨਾਮ 2015 ਵਿੱਚ ਲਿੰਕਾ ਬੁੱਕ ਆਫ ਰਿਕਾਰਡ ਚ ਦਰਜ ਕੀਤਾ ਗਿਆ ਨਾਵਲ ਮੜੀ ਦਾ ਦੀਵਾ ਤੇ ਬਣੀ ਫਿਲਮ ਨੇ ਬੈਸਟ ਰੀਜਨਲ ਫਿਲਮ ਅਵਾਰਡ 1998 ਦੇ ਵਿੱਚ ਹਾਸਲ ਕੀਤਾ ਤੇ ਅੱਗੇ ਇਹਨਾਂ ਦੀਆਂ ਰਚਨਾਵਾਂ ਆਗੀਆਂ ਦੇਖੋ ਮੈਂ ਸਾਰੀਆਂ ਰਚਨਾਵਾਂ ਲਿਖੀਆਂ ਨਾਲ ਨਾਲ ਉਹਨਾਂ ਦੇ ਸਾਲ ਵੀ ਲਿਖੇ ਆ ਯਾਦ ਕਰਿਓ ਧਿਆਨ ਨਾਲ ਨਾਵਲ ਹੈਗਾ ਇਹਨਾਂ ਦਾ ਮੜੀ ਦਾ ਦੀਵਾ 1964 ਦੇ ਵਿੱਚ ਪ੍ਰਕਾਸ਼ਿਤ ਹੋਇਆ ਆਨ ਹੋਏ 1970 ਚ ਰੇਤੇ ਦੀ ਇੱਕ ਮੁਠ ਕੁਵੇਲਾ 1968 ਦੇ ਵਿੱਚ ਅਧ ਚਾਨੀ ਰਾਤ ਦੇਖੋ 1972 ਦੇ ਵਿੱਚ ਤੇ ਫਿਰ ਇਹਨਾਂ ਨੂੰ ਇਹਦੇ ਤੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀਗਾ 1975 ਚ 1975 ਦੇ ਵਿੱਚ ਮਿਲਿਆ ਸੀ ਇਸ ਤੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਆਥਨ ਉਗਣ ਇਹਨਾਂ ਦਾ ਨਾਵਲ ਹੈ ਇੱਕ ਤੇ ਅੰਨੇ ਕੋੜੇ ਦਾ ਦਾਨ ਦੇਖੋ ਇਹਦੇ ਤੇ 2011 ਵਿੱਚ ਰਿਲੀਜ਼ ਹੋਈ ਭਾਰਤੀ ਪੰਜਾਬੀ ਫਿਲਮ ਅੱਗੇ ਪੌਫ ਟਾਲੇ ਤੋਂ ਪਹਿਲਾਂ ਇਹਨਾਂ ਦਾ ਇੱਕ ਨਾਵਲ ਹੈ ਪਰਸਾ 1992 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਆਹਨ 2009 ਦੇ ਵਿੱਚ ਕਹਾਣੀ ਸੰਗ੍ਰਹਿ ਦੇਖੋ ਇਹਨਾਂ ਦੇ ਸੱਗੀ ਫੁੱਲ 1981 ਦੇ ਵਿੱਚ ਪ੍ਰਕਾਸ਼ਿਤ ਹੋਇਆ ਫਿਰ ਅੱਗੇ ਚੰਨ ਦਾ ਬੂਟਾ ਓਪਰਾ ਘਰ ਕੁੱਤਾ ਤੇ ਆਦਮੀ ਮਸਤੀ ਬੋਤਾ ਰੁੱਖੇ ਮਿੱਸੇ ਬੰਦੇ ਬੇਗਾਨਾ ਪਿੰਡ ਚੌਣਵੀਆਂ ਕਹਾਣੀਆਂ ਪੱਕਾ ਟਿਕਾਣਾ ਕਰੀਰ ਦੀ ਢਿੰਗਰੀ ਮੇਰੀ ਪ੍ਰਤੀਨਿਧ ਰਚਨਾ ਇਹ ਇਹਨਾਂ ਦੇ ਕਹਾਣੀ ਸੰਗ੍ਰਹਿ ਆ ਤੇ ਇਸ ਤੋਂ ਬਿਨਾ ਨਾਟਕ ਇਹਨਾਂ ਦੇ ਦੇਖੋ ਫਰੀਦਾ ਰਾਤੀ ਵੱਡੀਆਂ ਵਧਾਈਗੀ ਤੋਂ ਪਿੱਛੋਂ ਤੇ ਨਿੱਕੀ ਮੋਟੀ ਗੱਲ ਇਹ ਤਿੰਨ ਇਹਨਾਂ ਦੇ ਨਾਟਕ ਹੈ ਤੇ ਦੇਖੋ ਇਹ ਸੀ ਇਹਨਾਂ ਦੀ ਗੁਨਾਤਮਕ ਪੱਖੋਂ ਦੇਣ ਜਾਨੀ ਪੰਜਾਬੀ ਸਾਹਿਤ ਨੂੰ ਜਿੰਨੀਆਂ ਵੀ ਇਹਨਾਂ ਨੇ ਰਚਨਾਵਾਂ ਦਿੱਤੀਆਂ ਉਹ ਦੇਣ ਹੈ ਤੇ ਅੱਗੇ ਆਪਾਂ ਸਰਦਾਰ ਗੁਰदयाल ਸਿੰਘ ਦੀ ਗੁਨਾਤਮਕ ਦੇਣ ਬਾਰੇ ਪੜਾਂਗੇ ਪੰਜਾਬੀ ਗਲਪ ਨੂੰ ਉਪਭਾਵਕਤਾ ਤੋਂ ਮੁਕਤੀ ਇਹਨਾਂ ਦੀ ਸਭ ਤੋਂ ਵੱਡੀ ਗੁਨਾਤਮਕ ਦੇਣ ਹੈ ਇਹ ਪਹਿਲੀ ਦੇਣ ਹੈ ਇਹਨਾਂ ਦੀ ਕਿਉਂਕਿ ਉਹਨਾਂ ਨੇ ਪੰਜਾਬੀ ਨਾਵਲ ਨੂੰ ਇਦੋਂ ਪਹਿਲਾਂ ਭਾਈ ਵੀਰ ਸਿੰਘ, ਸਰਦਾਰ ਗੁਰਬਖਸ਼ ਸਿੰਘ ਤੇ ਨਾਨਕ ਸਿੰਘ ਦੀ ਉਪਭਾਵਕ ਪ੍ਰਵਿਰਤੀ ਤੋਂ ਮੁਕਤੀ ਦਿਵਾਈ ਹੈ ਤੇ ਆਪਣੇ ਨਾਵਲਾਂ ਅੱਧ ਚਾਨਣੀ ਰਾਤ ਅਤੇ ਅੰਨੇ ਘੋੜੇ ਦਾ ਦਾਨ ਵਿੱਚ ਉਹਨਾਂ ਨੇ ਮਾਲਵੇ ਦੇ ਕਿਸਾਨੀ ਜੀਵਨ ਦੀਆਂ ਤੇਜ਼ੀ ਦਾ ਸਮੱਸਿਆਵਾਂ ਤੋਂ ਇਲਾਵਾ ਔਰਤ ਕਾਰਨ ਪੈਦਾ ਹੋਣ ਵਾਲੀਆਂ ਗੁੰਝਲਾਂ ਤੇ ਪਰਿਵਾਰਿਕ ਕਲੇਸ਼ਾਂ ਨੂੰ ਵੀ ਬਿਆਨ ਕੀਤਾ। ਅੱਗੇ ਹੈਗਾ ਇਹਨਾਂ ਦਾ ਦੇਖੋ ਨਿਰੋਲ ਅঞ্চলিক ਨਾਵਲ ਦਾ ਆਰੰਭ ਕੀਤਾ ਇਹਨਾਂ ਨੇ। ਅਗਲਾ ਯੋਗਦਾਨ ਇਹਨਾਂ ਦਾ ਉਹਨਾਂ ਨੇ ਪਹਿਲੀ ਵਾਰ ਪੰਜਾਬੀ ਸਾਹਿਤ ਵਿੱਚ ਨਿਰੋਲ ਆਨਸਲਿਕ ਨਾਵਲ ਲਿਆਂਦਾ ਸਰਦਾਰ ਗੁਰदयाल ਸਿੰਘ ਦੀ ਅਗਲੀ ਦੇਣ ਇਹ ਹੈ ਕਿ ਉਹਨਾਂ ਨੇ ਪਰੰਪਰਾਵਾਦੀ ਰਾਹ ਤਿਆਗ ਕੇ ਕਿਸੇ ਆਦਰਸ਼ਵਾਦੀ ਉੱਚ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਦੀ ਥਾਂ ਤੇ ਸਧਾਰਨ ਮਨੁੱਖ ਨੂੰ ਨਾਇਕ ਦੇ ਰੂਪ ਦੇ ਵਿੱਚ ਪੇਸ਼ ਕੀਤਾ ਅੱਗੇ ਆ ਗਿਆ ਇਹਨਾਂ ਦਾ ਯਥਾਰਤਿਕ ਚਿੱਤਰਣ ਜਿਹੜਾ ਇਹ ਗੱਲ ਠੀਕ ਹੈ ਕਿ ਗੁਰਦਿਆਲ ਸਿੰਘ ਤੋਂ ਪਹਿਲਾਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੇ ਪ੍ਰੋਫੈਸਰ ਨਰੂਲਾ ਦੁਆਰਾ ਯਥਾਰਤਿਕ ਨਾਵਲ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਕਰ ਚੁੱਕਾ ਸੀ ਪਰੰਤੂ ਸਰਦਾਰ ਗੁਰਦਿਆਲ ਸਿੰਘ ਨੇ ਨਾਵਲ ਲਿਖ ਕੇ ਨਾ ਸਿਰਫ ਯਥਾਰਤਿਕ ਨਾਵਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਸਗੋਂ ਯਥਾਰਤਿਕ ਚਿੱਤਰਣ ਦੀ ਲੀਨ ਨੂੰ ਹੋਰ ਵੀ ਗੂੜਾ ਕੀਤਾ ਤੇ ਅੱਗੇ ਦੇਖੋ ਆਮ ਲੋਕਾਂ ਦਾ ਪੱਖ ਪਹਿਲਾਂ ਉੱਪਰ ਵੀ ਤੁਹਾਨੂੰ ਦੱਸਿਆ ਵੀ ਸਧਾਰਨ ਮਨੁੱਖ ਨਾਇਕ ਦੇ ਰੂਪ ਵਿੱਚ ਪੇਸ਼ ਕੀਤੇ ਆ ਉਹਨਾਂ ਨੇ ਉਵੇਂ ਹੀ ਆਮ ਲੋਕਾਂ ਦਾ ਪੱਖ ਵੇਭੀ ਉਹਨਾਂ ਦਾ ਇੱਕ ਹੀ ਹੈ ਉਹਨਾਂ ਦੀ ਇੱਕ ਦੇਣ ਹੈ ਕਿ ਨਾਵਲ ਦੇ ਵਰਤਾਂਤ ਵਿੱਚ ਉਹਨਾਂ ਨੇ ਆਮ ਲੋਕਾਂ ਦਾ ਪੱਖ ਪੇਸ਼ ਕਰਨ ਦੀ ਪਿਰਤ ਪਾਈ ਹੈ ਤੇ ਉਹ ਨਾਨਕ ਸਿੰਘ ਵਾਂਗ ਵੱਡੇ ਵੱਡੇ ਸ਼ਾਹੋਕਾਰਾਂ ਫੈਕਟਰੀ ਮਾਲਕਾਂ ਤਨਾਡਾਂ ਤੇ ਜ਼ਗੀਰਦਾਰਾਂ ਦੇ ਕਿਰਦਾਰ ਉਸਾਰਨ ਦੀ ਥਾਂ ਹੇਠਲੇ ਵਰਗ ਦੇ ਪਾਤਰ ਲੈਂਦੇ ਆ ਤੇ ਨਿਰੇ ਪਾਤਰ ਹੀ ਨਹੀਂ ਲੈਂਦੇ ਉਹਨਾਂ ਦੇ ਹੱਕ ਵਿੱਚ ਵੀ ਖੜੇ ਹੁੰਦੇ ਆ ਅੱਗੇ ਦੇਖੋ ਵਿਲੱਖਣ ਗਲਪਯੁਕਤਾ ਉਹਨਾਂ ਨੇ ਪੰਜਾਬੀ ਗਲਪ ਨੂੰ ਕਈ ਵਿਲੱਖਣ ਗਲਪਯੁਗਤਾਵਾਂ ਪ੍ਰਦਾਨ ਕੀਤੀਆਂ ਹਨ ਜਿਵੇਂ ਕੌਮਿਆਂ ਵਿੱਚ ਸ਼ਬਦ ਲਿਖ ਕੇ ਅਤੇ ਬ੍ਰੈਕਟ ਵਿੱਚ ਵਿਚਾਰ ਦੇ ਕੇ ਪ੍ਰਤੀਕਾਤਮਕ ਭਾਸ਼ਾ ਦੁਆਰਾ ਬਿਰਤਾਂਤ ਨੂੰ ਬਿਆਨਣਾ ਠੀਕ ਹੈ ਉਹ ਨਾ ਤਾਂ ਸਰਦਾਰ ਨਾਨਕ ਸਿੰਘ ਜਾਂ ਜਸਵੰਤ ਸਿੰਘ ਕਮਲਵਾਂਗ ਬਿਆਨ ਨੂੰ ਦੋ ਤਿੰਨ ਗਲਪਯੁਗਤਾਵਾਂ ਤੱਕ ਸੀਮਿਤ ਰੱਖਦੇ ਆ ਸਗੋਂ ਨਾਵਲ ਵਿੱਚ ਨਵੀਆਂ ਤੋਂ ਨਵੀਆਂ ਗਲਪਯੁਗਤਾ ਲੱਭ ਕੇ ਲਿਆਉਂਦੇ ਆ ਜੋ ਪੰਜਾਬੀ ਨਾਵਲ ਦੇ ਕਾਵਿ ਸ਼ਾਸਤਰ ਵਿੱਚ ਇੱਕ ਤਰ੍ਹਾਂ ਦਾ ਵਾਧਾ ਹੈ ਅੱਗੇ ਦੇਖੋ ਪਿੰਡੂ ਜੀਵਨ ਦਾ ਚਿੱਤਰਣ ਪੰਜਾਬੀ ਗਾল্প ਵਿੱਚ ਵਧੇਰੇ ਕਰਕੇ ਸ਼ਹਿਰੀ ਜਾਂ ਕਸਵਿਆਂ ਦੇ ਜੀਵਨ ਚਿੱਤਰਣ ਦੀ ਪਰੰਪਰਾ ਰਹੀ ਹੈ ਤੇ ਇਸ ਪਰੰਪਰਾ ਨੂੰ ਕਮਲ ਤੇ ਸੋਨ ਸਿੰਘ ਸੀਤਲ ਨੇ ਕੁਝ ਹੱਦ ਤੱਕ ਤੋੜਿਆ ਪਰ ਦਲੀਪ ਕੁਲ ਟਿਵਾਣਾ ਅਜੀਤ ਕੌਰ ਆਦ ਦੇ ਹੱਥਾਂ ਵਿੱਚ ਆ ਕੇ ਜਿਹੜਾ ਪੰਜਾਬੀ ਨਾਵਲ ਹੈ ਉਹ ਸ਼ਹਿਰੀ ਜੀਵਨ ਦਾ ਚਿੱਤਰਣ ਵਧੇਰੇ ਹੋਣ ਲੱਗਾ ਤੇ ਸਰਦਾਰ ਗੁਰਦਿਆਲ ਸਿੰਘ ਨੇ ਇਸ ਪਰੰਪਰਾ ਨੂੰ ਭੰਗ ਕਰਕੇ ਆਪਣੇ ਨਾਵਲਾਂ ਵਿੱਚ ਵਧੇਰੇ ਕਰਕੇ ਪਿੰਡੂ ਜੀਵਨ ਦੀ ਪਿਰਤ ਪਾਈ ਹੈ ਅਏ ਸੀ ਦੇਖੋ ਸਰਦਾਰ ਗੁਰਦੇਵਾਲ ਸਿੰਘ ਬਾਰੇ ਭਰਪੂਰ ਜਾਣਕਾਰੀ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੀ ਗਨਾਤਮਕ ਤੇ ਗੁਨਾਤਮਕ ਦੋਨਾਂ ਪੱਖਾਂ ਤੋਂ ਪੰਜਾਬੀ ਸਾਹਿਤ ਨੂੰ ਦੇਣ ਤੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਤਾਂ ਕਿ ਤੁਹਾਨੂੰ ਗੁਰਦੇਵਾਲ ਸਿੰਘ ਬਾਰੇ ਪੂਰੀ ਪੂਰੀ ਜਾਣਕਾਰੀ ਹੋ ਸਕੇ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ